ਗੁੱਡ ਮਾਰਨਿੰਗ ਗਾਇਸ, ਅਤੇ ਟਾਈਮ ਹੋ ਗਿਆ ਕੁਛ 9 ਦਾ, 9 ਦੇ ਕਰੀਬ, ਤਾਂ ਤੁਹਾਨੂੰ ਇੱਕ ਹਾਸੇ ਵਾਲੀ ਗੱਲ ਦੱਸਦੇ ਹਾਂ ਆਪਾਂ, ਇਹਦੇ ਉੱਤੋਂ ਨਿੰਦ ਲੰਘਣਾ ਹੁਣ. ਅਤੇ ਮਤਲਬ ਤੁਸੀਂ ਰੋਜ਼ ਕੋ ਆਹ ਸੈੱਟ ਮਾਇੰਡ ਹੁੰਦਾ ਨਾ ਕਿ ਮੈਨੂੰ ਬੰਨਿਆ ਹੋਇਆ, ਜਿਵੇਂ ਆਪਾਂ ਬਹੁਤ ਚੀਜ਼ਾਂ ਸੁਣੀਆਂ ਵੀ ਹੋਈਆਂ. ਆਹ ਰੋਜ਼ ਕੋ ਦਾ ਮਾਇੰਡ ਸੈੱਟ ਵਾ ਕਿ ਮੈਂ ਬੰਨਿਆ ਹੋਇਆ ਵਾਂ. ਇਹਨੂੰ ਲੱਗਦਾ ਕਿ ਮੈਂ ਬੰਨਿਆ ਹੋਇਆ. ਇੱਥੇ ਨਾ ਬਾਬਾ ਜੀ ਆਏ ਸੀ ਪਾਣੀ ਭਰਨ, ਅਤੇ ਇਹਨੂੰ ਪਤਾ ਹੀ ਨਹੀਂ ਵੀ ਮੈਂ ਖੁੱਲ੍ਹਾ ਹੋਇਆ ਵਾਂ. ਰੋਜ਼ ਕੋ ਬਿਮਾਰ ਬਮੂਰਤ ਨਹੀਂ ਆ, ਹੈ ਠੀਕ ਆ ਨਾ. ਚੱਲ ਮੈਂ ਪਹਿਲਾਂ ਬੰਨਦੀ ਹਾਂ ਇਹਨੂੰ, ਰੱਸਾ ਰੁੱਸਾ ਲਿਆ ਵਾ, ਪਤਾ ਨਹੀਂ ਕਿੱਥੇ ਸਿੱਟ ਗਿਆ. ਜਦੋਂ ਨਾ ਛੋਟਾ ਹੁੰਦਾ ਸੀ ਨਾ ਰੋਜ਼ ਕੋ, ਅਤੇ ਉਦੋਂ ਨਾ ਇੱਕ ਅਸੀਂ ਪੁੱਲ ਤੋਂ ਨਾ ਛੋਟੇ ਛੋਟੇ ਡੌਗੀ ਲੈ ਕੇ ਆਏ ਸੀ, ਬਚਾਏ ਸੀ ਜਿਹੜੇ ਅਸੀਂ. ਅਤੇ ਨਾ ਉਦੋਂ ਨਾ ਇਹ ਪੈਂਦਾ ਹੁੰਦਾ ਸੀਗਾ, ਛੋਟਾ ਜਾਂਦਾ ਸੀ ਬਿਲਕੁਲ ਨਿੱਕੂ ਜਿਹਾ, ਅਤੇ ਉਹ ਨਾ ਪੈਂਦਾ ਹੁੰਦਾ ਸੀ ਕੁੱਤੀ ਨੂੰ ਜਾਂ ਇੱਦਾਂ ਕੁੱਤਿਆਂ ਨੂੰ. ਅਸੀਂ ਨਾ ਕਹਿੰਦੇ ਹੁੰਦੇ ਕਿੱਡਾ ਕਿਊਟ ਲੱਗਦਾ, ਕਿੰਨਾ ਪੈ ਪੈ ਹੋਰ ਪੈ, ਮੰਮੀ ਕਿੰਨਾ ਸੋਹਣਾ ਪੈਂਦਾ, ਬਹੁ ਬਹੁ ਕਰਦਾ ਨਿੱਕਾ ਜਿਹਾ ਮੂੰਹ, ਤਾਂ ਬਹੁ ਬਹੁ ਕਰਦਾ ਸਾਨੂੰ ਬੜਾ. ਮਤਲਬ ਉਦੋਂ ਹੀ ਇਹਨਾਂ ਨੂੰ ਸਿੱਖਿਆ ਦਿੱਤੀ ਜਾਂਦੀ ਆ ਕਿ ਨਹੀਂ ਪੈਣਾ, ਹੈ ਨਾ. ਤਾਂ ਸਾਡੀ ਗਲਤੀ ਆ ਕਿ ਅਸੀਂ ਇੱਕ ਦਾ ਰੈੱਡ ਬਲੱਡ ਆ, ਇਹਦੀ ਜਿਹੜੀ ਕੰਪਨੀ ਨਾ ਮਤਲਬ ਬਰੀਡ, ਜਿਹਦੀ ਇਹਦੀ ਬਰੀਡ ਨਾ ਉਹ ਆ ਜਰਮਨ ਸਪੀਡਸ. ਤੁਸੀਂ ਨੈੱਟ 'ਤੇ ਵੇਖ ਲਓ ਭਾਵੇਂ ਗੂਗਲ 'ਤੇ ਕਿ ਇਹਨਾਂ ਦਾ ਰੈੱਡ ਬਲੱਡ ਹੁੰਦਾ. ਵੈਸੇ ਜਮਾਂਦਰੂ ਹੀ ਇਹਨਾਂ ਦਾ ਬੜਾ ਉਹ ਹੁੰਦਾ, ਖੌਫਨਾਕ ਜਿਹੇ ਹੁੰਦੇ ਆ, ਅਤੇ ਮਤਲਬ ਇਹ ਬਹੁਤ ਭੱਜ ਜਾਂਦੇ ਇੱਕ ਦੂਜੇ ਮਗਰ ਮੁਗਰ ਲੱਗ ਜਾਂਦੇ, ਚੱਕ ਵੀ ਵੱਢ ਦਿੰਦੇ ਆ. ਇਹ ਘਰਦਿਆਂ ਨੂੰ ਨਹੀਂ ਬਖਸ਼ਦੇ, ਪਰ ਘਰਦਿਆਂ ਨੂੰ ਹੋਏ ਕੁਛ ਨਹੀਂ ਕਹਿੰਦਾ, ਪਿਆਰ ਹੀ ਕਰਦਾ. ਅਤੇ ਬਾਕੀ ਮੈਂ ਗੱਲ ਕਰਦੀ ਹਾਂ ਕਿ ਇਹਨੂੰ ਤਾਂ ਨਹੀਂ ਅਸੀਂ ਬੰਦ ਖੋਲ੍ਹਦੇ, ਕਿਉਂਕਿ ਇਹ ਬੂਹਾ ਖੁੱਲ੍ਹਾ ਹੁੰਦਾ ਕਈ ਵਾਰੀ, ਤਾਂ ਭੱਜ ਕੇ ਕਾਰਾਂ ਕੂਰਾਂ ਦੇ ਟਾਇਰਾਂ ਨੂੰ ਪੈਂਦਾ. ਮਤਲਬ ਇਹ ਥੱਲੇ ਆ ਸਕਦਾ, ਇਹਦਾ ਜਿਹੜਾ ਮੇਨ ਸਾਡਾ ਰੋਡ 'ਤੇ ਕਾਰ ਆ, ਅਤੇ ਇਹਦੀ ਸੁਰੱਖਿਆ ਲਈ ਹੀ ਇਹਨੂੰ ਬੰਨਣਾ ਪੈਂਦਾ. ਬਾਕੀ ਅਸੀਂ ਇਹਨੂੰ ਰਾਤ ਨੂੰ ਏ ਸੀ 'ਚ ਪਾਉਂਦੇ ਹਾਂ, ਮਤਲਬ ਜਦੋਂ ਅਸੀਂ ਬੂਹਾ ਲਾ ਦਈਦਾ ਉਹ ਤਾਂ ਖੋਲ੍ਹ ਦੇਈਦਾ, ਬਹੁਤ ਘੱਟ ਬੂਹਾ ਲੱਗਦਾ ਤੁਹਾਨੂੰ ਪਤਾ, ਹੈ ਨਾ. ਤਾਂ ਕਰਕੇ ਫਿਰ ਇਹਦੀ ਸੇਫਟੀ ਲਈ ਹੀ ਇਹਨੂੰ ਬੰਨਿਆ ਜਾਂਦਾ ਵਾ. ਹਾਂਜੀ ਗਾਇਸ, ਅਤੇ ਹੁਣ ਆਪਾਂ ਬਣਾਉਣ ਲੱਗੇ, ਮਤਲਬ ਹੁਣ ਸ਼ਾਮ ਹੋ ਗਈ ਸੀ, ਅਤੇ ਹੁਣ ਆਪਾਂ ਬਣਾਉਣ ਲੱਗੇ ਹਾਂ ਰਾਜਸਥਾਨੀ. ਇੱਕ ਨਿਊ ਰੈਸਪੀ ਵੇਖੀ ਸੀ, ਮੈਨੂੰ ਬਹੁਤ ਵਧੀਆ ਲੱਗੀ, ਅਤੇ ਮੈਂ ਕਿਹਾ ਚਲੋ ਇਹ ਟਰਾਈ ਕਰਦੇ ਹਾਂ ਅੱਜ. ਅਤੇ ਮੈਨੂੰ ਸੌਖੀ ਲੱਗੀ, ਮੈਨੂੰ ਲੱਗਾ ਕਿ ਮੈਂ ਬਣਾ ਸਕਦੀ ਹਾਂ. ਨਾਲ ਆਪਾਂ ਬਣਾਵਾਂਗੇ ਆਲੂ ਅਤੇ ਮਟਰ ਦੀ ਸਬਜ਼ੀ. ਮਟਰ ਆਪਾਂ ਸਟੋਰ ਕਰਕੇ ਰੱਖੇ ਹੋਏ ਸੀ, ਪੁਰਾਣੇ ਆਪਣੇ ਮਟਰ ਹੈਗੇ ਸੀ ਨਾ ਮੋਟਰ ਦੇ, ਉਹ ਆਪਾਂ ਸਟੋਰ ਕਰਕੇ ਰੱਖੇ ਹੋਏ. ਗਾਇਜ਼ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਕਿ ਸਾਰੇ ਬਾਕੀ ਕੀ ਕਰਦੇ ਆ. ਦੋ ਜਣੇ ਹੀ ਆ ਬਸ. ਬੀਬੀ ਹੈਨ ਕਹਿੰਦਾ ਬੀਬੀ, ਕੱਲ੍ਹ ਇੰਸਟਾਗ੍ਰਾਮ 'ਤੇ ਬੀਬੀ ਵੀ ਸੁੱਤੇ ਹੋਏ ਆ ਅਤੇ ਮੰਮੀ ਵੀ ਸੁੱਤੇ ਹੋਏ ਆ. ਅਤੇ ਚਲੋ ਜਦੋਂ ਇਹ ਮੰਮੀ ਹੁਣੇ ਉੱਠਦੇ ਆ, ਫਿਰ ਆਪਾਂ ਕਰਦੇ ਹਾਂ ਆਪਦੀ ਰੈਸਪੀ ਦੀ ਸ਼ੁਰੂਆਤ. ਅਤੇ ਗਾਇਜ਼ ਜਿਹੜਾ ਵੀ ਸਮਾਨ ਸੀਗਾ ਮੇਕਅਪ ਦਾ, ਉਹਨੂੰ ਇਹਦੇ ਵਿੱਚ ਰੱਖਤਾ, ਬਾਕੀ ਕੁਛ ਕਿਹਦੇ ਵਿੱਚ ਰੱਖ ਦਿੱਤਾ ਵਾ, ਅਤੇ ਕੁਛ ਜਿਹੜਾ ਹਜੇ ਉੱਥੇ ਨਹੀਂ ਅਵੇਲੇਬਲ ਹੈਗਾ ਸੀਗਾ, ਅਤੇ ਉਹ ਮੈਂ ਹਜੇ ਮੰਗਵਾਉਣੀ ਪਈ ਹਾਂ. 20 ਤਰੀਕ ਤੱਕ ਮਤਲਬ ਸਾਰਾ ਆ ਜਾਣਾ ਵਾ, ਫਿਰ ਤੁਹਾਨੂੰ ਦਿਖਾਵਾਂਗੇ ਮੇਕਅਪ ਲੁੱਕ ਕੋਈ ਕਰਕੇ. ਅਤੇ ਜੇ ਗਾਇਜ਼ ਕਿਸੇ ਨੂੰ ਇੱਦਾਂ ਪਤਾ ਕਿ L1 ਕਿਉਂ ਦਾ ਵਾ, ਪਤਾ ਨਹੀਂ ਕਿਉਂ ਇੱਦਾਂ, ਮੈਂ ਇੱਕ ਵੀਡੀਓ ਯੂਟਿਊਬ 'ਤੇ ਵੇਖੀ, ਕਹਿੰਦੇ ਜਦੋਂ ਮਤਲਬ ਜ਼ਿਆਦਾ ਖਰੇ ਕੀ ਪਾਵਰ ਹੋ ਜਾਂਦੀ ਆ ਕਿ ਸਟੈਬਲਾਈਜ਼ਰ ਤਾਂ ਹੈਗਾ ਵਾ ਸਟੇਬਲ ਕਰਨ ਲਈ ਲਾਈਟ ਨੂੰ, ਪਤਾ ਨਹੀਂ L1 ਕਿਉਂ ਆਉਂਦਾ. ਜੇ ਕਿਸੇ ਨੂੰ ਪਤਾ ਤਾਂ ਕਮੈਂਟ ਵਿੱਚ ਜ਼ਰੂਰ ਦੱਸਿਓ. ਅਤੇ ਗਾਇਜ਼ ਮੈਂ ਫਸਟ ਟਾਈਮ ਜਿਸ ਕਾਰਨ ਹੁਣਾਂ ਤੋਂ ਬਿਨਾਂ ਵੀਡੀਓ ਬਣਾਉਣ ਲੱਗੀ ਹਾਂ, ਤਾਂ ਮੈਨੂੰ ਤਾਂ ਇਹ ਵੀ ਨਹੀਂ ਪਤਾ ਸਟੈਂਡ 'ਤੇ ਕਿਵੇਂ ਜੋੜੀਦਾ ਵਾ ਆਪਣਾ ਮੋਬਾਈਲ ਫੋਨ. ਅਤੇ ਕੋਈ ਨਹੀਂ, ਆਪਾਂ ਜੁਗਾੜੀ ਹਾਂ ਮਾੜੇ ਮੋਟੇ ਕਰਕੇ, ਕੋਸ਼ਿਸ਼ ਕਰਦੇ ਹਾਂ ਕਿਵੇਂ ਕਰਦੇ ਹੁੰਦੇ ਆ, ਮਤਲਬ ਜੋੜਦੇ ਕਿਵੇਂ ਆ ਮਤਲਬ. ਅਤੇ ਗਾਇਜ਼ ਆਹ ਸਾਡਾ ਹੈਗਾ ਸਟੋਰ ਰੂਮ, ਦਾਣੇ ਦਾਣੇ ਬੋਰੇ ਬੋਰੇ ਬੋਰੇ, ਅਤੇ ਇਹਨੂੰ ਜਿੰਨਾ ਮਰਜ਼ੀ ਅਸੀਂ ਕਲੀਨ ਕਰ ਲਈਏ, ਇਹਦੇ ਪਿੱਛੇ ਖੱਪ ਲਈਏ, ਇੱਥੇ ਬੋਰਿਓ ਬੋਰੀ ਹੋਣਾ ਹੀ ਹੁੰਦਾ. ਇਹਦਾ ਨਾਮ ਆ ਬੋਰਿਆਂ ਵਾਲਾ ਕਮਰਾ. ਅਤੇ ਹੁਣ ਗਾਇਜ਼ ਦੇਖੋ ਕਿ ਬਾਹਰ ਵੀ ਆਪਣੇ ਝੋਨੇ ਲੱਗਣੇ ਸ਼ੁਰੂ ਹੋ ਗਏ, ਪਨੀਰੀਆਂ ਹੋ ਗਈਆਂ, ਦੇਖੋ ਕਿੰਨਾ ਵਧੀਆ ਵਿਊ ਆ. ਨਹਿਰਾਂ ਹੀ ਆ ਨਹਿਰਾਂ ਹੀ, ਅਤੇ ਹੁਣ ਆਪਾਂ ਕੋਈ ਡਰ ਨਹੀਂ, ਜਨੇਰੀ ਵੀ ਆਏ ਘੱਟਾ ਨਹੀਂ ਆਊਗਾ, ਬਾਕੀ ਵਿਊ ਬਹੁਤ ਸੋਹਣਾ. ਹੈਲੋ ਗਾਇਜ਼, ਅਤੇ ਹੁਣ ਆਪਾਂ ਜਿਵੇਂ ਤੁਹਾਨੂੰ ਮੈਂ ਕਿਹਾ ਸੀ ਕਿ ਅੱਜ ਆਪਾਂ ਰੈਸਪੀ ਬਣਾਉਣ ਲੱਗੇ ਹਾਂ ਰਾਜਸਥਾਨੀ ਰੈਸਪੀ, ਅਤੇ ਮੈਂ ਪਹਿਲੀ ਵਾਰੀ ਐਵੇਂ
ਵੇਖਣਾ ਵੀ ਪੈਣਾ, ਵੀਡੀਓ ਬਣਦੀ ਵੀ ਪਈ ਕਿ ਨਹੀਂ। ਮਾਰਵਾੜੀ ਰੈਸਪੀ ਮਤਲਬ ਰਾਜਸਥਾਨੀ, ਮਾਰਵਾੜੀ ਬਾਟੀ ਰੈਸਪੀ ਰਾਜਸਥਾਨੀਆਂ ਦੀ ਸਪੈਸ਼ਲ, ਰਾਜਸਥਾਨ ਦੀ ਸਪੈਸ਼ਲ ਇਹ ਰੈਸਪੀ ਆ। ਅਤੇ ਅੱਜ ਆਪਾਂ ਰਾਜਸਥਾਨ ਸਪੈਸ਼ਲ ਰੈਸਪੀ ਬਣਾਉਣ ਵਾਲੇ ਹਾਂ। ਉਹਦੇ ਲਈ ਆਪਾਂ ਨੂੰ ਕੀ ਚਾਹੀਦਾ ਵਾ, ਮੈਨੂੰ ਨੇੜੇ ਆਉਣਾ ਪਊ ਦੱਸਣ ਲਈ। ਉਹਦੇ ਲਈ ਆਪਾਂ ਨੂੰ ਚਾਹੀਦਾ ਵਾ, ਉਹਦੇ ਲਈ ਆਪਾਂ ਨੂੰ ਚਾਹੀਦਾ ਦਹੀਂ, ਉਹ ਆਟਾ, ਸੂਜੀ, ਮੈਂ ਦੂਰੋਂ ਵੀ ਦੱਸ ਸਕਦੀ ਹਾਂ ਵੈਸੇ। ਉਹਦੇ ਲਈ ਆਪਾਂ ਨੂੰ ਚਾਹੀਦਾ ਆਟਾ, ਸੂਜੀ। ਆਟਾ ਹੈਗਾ ਆਪਣੇ ਕੋਲ 150 ਗ੍ਰਾਮ, ਸੂਜੀ ਆਪਣੇ ਕੋਲ ਹੈਗੀ 25 ਗ੍ਰਾਮ। ਅਤੇ ਇਹਨੂੰ ਇਹਦੇ ਵਿੱਚ ਕਰ ਦੇਣਾ ਮਿਕਸ, ਇਹਨੂੰ ਕਰਤਾ ਦੇਖਣਾ, ਫਿਰ ਦੇਖਣਾ ਪੈਣਾ। 150 ਗ੍ਰਾਮ ਆਟਾ, 25 ਗ੍ਰਾਮ ਆਪਣੇ ਕੋਲ ਸੂਜੀ ਸੀਗੀ, ਅਤੇ ਸਵਾਦ ਦੇ ਅਕੋਰਡਿੰਗ ਪਾ ਦਾਂਗੇ ਲੂਣ ਜਿੰਨਾ ਕੁ ਆਪਾਂ ਖਾਂਦੇ ਹਾਂ। ਅਤੇ ਹੁਣ ਆਪਾਂ ਪਾ ਦਾਂਗੇ ਇਹਦੇ ਵਿੱਚ ਮਿੱਠਾ ਸੋਡਾ, ਮਿੱਠਾ ਸੋਡਾ ਪਾ ਲਾਂਗੇ। ਇਹ ਵਾ ਆਪਣਾ ਘਰ ਦਾ ਧਨੀਆ, ਦੇਖੋ ਕਿੱਦਾਂ ਉਹਦੇ ਪਤਾ ਲੱਗਦਾ ਪਿਆ ਡੱਖਿਆਂ ਤੋਂ। ਅਤੇ ਇਹਨਾਂ ਵਿੱਚੋਂ ਥੋੜ੍ਹੇ ਜਿਹੇ ਆਪਾਂ ਦਾਣੇ ਕੱਢ ਲਾਂਗੇ, ਜਿਹੜੇ ਆਪਾਂ ਇਹਨੂੰ ਕ੍ਰਸ਼ ਕਰ ਲਾਂਗੇ, ਦਰਦਰਾ ਕ੍ਰਸ਼ ਕਰ ਲਾਂਗੇ। ਚਲੋ ਇਹਨੂੰ ਕਰੀਏ ਕ੍ਰਸ਼, ਦਰਦਰਾ ਜਿਹਾ ਹੀ ਕਰਨਾ ਆਪਾਂ, ਅਜਵੈਨ ਸਵਾਦ ਅਨੁਸਾਰ। ਅਤੇ ਨਾਲੇ ਆਪਾਂ ਜਿਹੜਾ ਧਨੀਆ ਇੱਥੇ ਕੀਤਾ ਕ੍ਰਸ਼ ਥੋੜ੍ਹਾ ਜਿਹਾ, ਉਹ ਵੀ ਪਾ ਦਾਂਗੇ ਵਿੱਚ ਇੱਦਾਂ ਹੀ। ਹੁਣ ਆਪਾਂ ਇਹਨੂੰ ਸਾਰੇ ਨੂੰ ਰਲਾ ਦੇਣਾ, ਮਿਕਸ ਕਰ ਦੇਣਾ ਚੰਗੀ ਤਰ੍ਹਾਂ, ਬਸ ਇੰਨਾ ਕਾਫੀ ਆ। ਇਹਨੂੰ ਹੁਣ ਕਰਨਾ ਵਾ ਇੱਦਾਂ ਇੱਦਾਂ ਕਰਕੇ ਸਾਰੇ ਇਹਦੇ ਵਿੱਚ ਮਿਕਸ, ਇੰਨਾ ਪਾਣੀ ਪਾ ਕੇ ਗੁੰਨਾਂਗੇ ਆਪਾਂ। ਮੈਂ ਹੁਣ ਪਹੁੰਚ ਗਈ ਇਸ ਸਟੇਜ 'ਤੇ, ਅਤੇ ਮੈਂ ਆਪਦੇ ਵੱਲੋਂ ਇਹ ਬਹੁਤ ਥੋੜ੍ਹਾ ਆਟਾ ਗੁੰਨਿਆ ਵਾਂ, ਕਿਉਂਕਿ ਆਪਾਂ ਮੈਂ ਖੁਦ ਵੀ ਟਰਾਈ ਕਰਨਾ ਵਾ ਹੈ ਨਾ ਕਿ ਕਿੱਦਾਂ ਦਾ ਵਾ। ਅਤੇ ਹੁਣ ਆਪਾਂ ਗਾਇਜ਼ ਇਹਨੂੰ ਢੱਕ ਦਾਂਗੇ, ਆਪਾਂ ਵਿੱਚ ਰੱਖਾਂਗੇ ਕੋਈ ਵੀ ਸਟੈਂਡ, ਆਪਾਂ ਇਹ ਵਾਲਾ ਰੱਖ ਲਿਆ। ਅਤੇ ਹੁਣ ਆਪਾਂ ਪਲੇਟ ਇੱਕ ਲੈ ਕੇ ਉਹਦੇ ਉੱਤੇ ਬ੍ਰਸ਼ ਨਾਲ ਚੰਗੀ ਤਰ੍ਹਾਂ ਤੇਲ ਚੋਪੜ ਦੇਣਾ ਵਾ ਚੰਗੀ ਤਰ੍ਹਾਂ, ਕਿ ਨਾਲ ਜੁੜਨ ਨਾ ਪੀੜੇ ਜਿਹੜੇ ਆਪਾਂ ਰੱਖਣੇ ਆ ਨਾ, ਕਿ ਨਾਲ ਬਾਅਦ 'ਚ ਉਹ ਜੁੜਨ ਨਾ। ਟਿਕਾ ਦਿੱਤੀ ਆਪਾਂ ਪਲੇਟ ਵਿੱਚ, ਅਤੇ ਹੁਣ ਆਪਾਂ ਉੱਪਰ ਸੀਟੀ ਵਾਲਾ ਵਿਸਲ ਵਾਲਾ ਨਹੀਂ ਰੱਖਣਾ, ਆਪਾਂ ਡਾਇਰੈਕਟ ਇੱਦਾਂ ਰੱਖਣਾ ਇਹਦਾ ਢੱਕਣ। ਅਤੇ ਹੁਣ ਮਾਰਵਾੜੀ ਬਾਟੀ ਰੈਸਪੀ ਦਾ ਨਾਮ ਆ ਮਾਰਵਾੜੀ ਬਾਟੀ, ਅਤੇ ਇਹ ਬਣਾਉਂਦੇ ਪਏ ਆਪਾਂ। ਅਤੇ ਉਹਦੇ ਨਾਲ ਆਪਾਂ ਬਣਾਉਣੀ ਆ ਆਲੂ ਮਟਰ ਦੀ ਸਬਜ਼ੀ। ਅਤੇ ਹੁਣ ਮੈਂ ਤੁਹਾਨੂੰ ਦਿਖਾਉਂਦੀ ਹਾਂ ਆਪਣਾ ਡੋਹ ਕਿਵੇਂ ਦਾ ਹੋ ਗਿਆ, ਫਿਰ ਆਪਾਂ ਇਹਦੇ ਪੇੜੇ ਕਰਕੇ ਮੈਂ ਤੁਹਾਨੂੰ ਦਿਖਾਉਂਦੀ ਕਿ ਕਿਵੇਂ ਕਰਕੇ ਵਿੱਚ ਆਪਾਂ ਰੱਖਣੇ ਆ ਆਪਣੇ। ਦੇਖੋ ਇੱਦਾਂ ਦਾ ਹੋ ਗਿਆ, ਹੁਣ ਇਹਨੂੰ ਆਪਾਂ ਖੁੱਲ੍ਹਾ ਨਹੀਂ ਛੱਡਣਾ ਇੱਕ ਵਾਰੀ ਵੀ, ਕਿਉਂਕਿ ਆਪਾਂ ਪਹਿਲਾਂ ਵੇਖਾਂਗੇ ਕਿ ਪ੍ਰੀ ਹੀਟ ਹੋ ਚੁੱਕਿਆ ਆਪਣਾ ਕੁੱਕਰ ਵਿੱਚੋਂ। ਅਤੇ ਦੇਖਦੇ ਹਾਂ ਆਪਾਂ ਚੈੱਕ ਕਰਦੇ ਹਾਂ ਗਰਮ ਹੋਇਆ ਵਾ ਕਿ ਨਹੀਂ, ਗਰਮ ਹੋਇਆ ਕਿ ਨਹੀਂ ਆਪਾਂ ਪਤਾ ਲੱਗੋ ਵਿੱਚ ਹੱਥ ਕਰਕੇ, ਹੋ ਚੁੱਕਿਆ ਗਰਮ। ਵੈਸੇ ਆਪਾਂ ਹੁਣ ਰੱਖ ਸਕਦੇ ਹਾਂ, ਬਾਕੀ ਥੋੜ੍ਹਾ 5-10 ਮਿੰਟ ਹੋਰ ਵੇਟ ਕਰ ਲੈਂਦੇ ਹਾਂ। ਮੇਜ਼ ਲਾ ਲਿਆ ਇੱਥੇ ਹਵਾ ਦਾ, ਕਰਕੇ ਹਵਾ ਬਹੁਤ ਜ਼ਿਆਦਾ ਵਗਦੀ ਪਈ ਆ। ਅਤੇ ਹੁਣ ਮੈਂ ਇਹ ਖੋਲ੍ਹ ਕੇ, ਅਤੇ ਹੁਣ ਮੈਂ ਇਹਨੂੰ ਕਰਨ ਲੱਗੀ ਹਾਂ ਆਪਣੇ ਪੀੜੇ ਦੇ, ਛੋਟੇ ਛੋਟੇ ਕਰਾਂਗੇ ਕਿਉਂਕਿ ਤੁਹਾਨੂੰ ਪਤਾ ਕਿ ਇਹਦੇ ਵਿੱਚ ਫਿਰ ਤੁਹਾਨੂੰ ਆਪਾਂ ਨੂੰ ਸੇਕ ਵੀ ਲੱਗਣਾ ਚਾਹੀਦਾ ਵਾ, ਦੇਖਣਾ ਚਾਹੀਦਾ ਵਾ ਅੰਦਰ ਤੱਕ। ਨੇੜੇ ਲੈ ਕੇ ਪਾ ਦਿੰਦੇ ਹਾਂ ਕਿ ਇਹ ਇੱਦਾਂ ਹੋਣਾ ਚਾਹੀਦਾ ਅੰਦਰ ਤੱਕ, ਮਤਲਬ ਐਂਡ ਤੱਕ ਕਹਿ ਸਕਦੇ ਹਾਂ, ਇੱਦਾਂ ਹੋਣਾ ਚਾਹੀਦਾ। ਠੀਕ ਆ, ਐਂਡ ਤੱਕ ਇੱਦਾਂ ਸਾਰੇ, ਹੁਣ ਆਪਾਂ ਇੱਦਾਂ ਹੀ ਕਰ ਲਈਏ। ਅਤੇ ਗਾਇਸ ਇਹ ਵਾ ਬਣ ਗਈ, ਅਤੇ ਇਹ ਵਾ ਹੁਣ ਗਾਇਸ ਦ ਬਾਟੀ। ਅਤੇ ਇਹਨੂੰ ਹੁਣ ਆਪਾਂ ਰੱਖਾਂਗੇ ਵਿੱਚ, ਇੱਕ ਹਿਸਾਬ ਦਾ ਆਪਣਾ ਮਾਈਕਰੋਵੇਵ ਆ ਉਹ ਜਿਹੜਾ ਤਿਆਰ ਹੋ ਚੁੱਕਿਆ ਵਾ। ਅਤੇ ਆਪਾਂ ਖੋਲ੍ਹਾਂਗੇ ਅਤੇ ਦੇਖਾਂਗੇ ਕਿ ਕਿੰਨਾ ਕੁ ਜ਼ਿਆਦਾ ਗਰਮ। ਅਤੇ ਹੁਣ ਆਪਾਂ ਇਹਦੇ ਵਿੱਚ ਟਿਕਾ ਦਾਂਗੇ ਜੋ ਆਪਾਂ ਬਾਟੀਆਂ ਬਣਾਈਆਂ, 3-4
ਤੇ ਥੋੜਾ ਥੋੜਾ ਘਿਓ ਉੱਤੇ ਪੋਲਿਸ਼ ਕਰ ਦਾਂਗੇ ਇੱਕ ਵਾਰੀ ਥੋੜਾ ਥੋੜਾ। ਹੁਣ ਇਹ ਹੋ ਗਿਆ ਵਾ, ਇਹਨੂੰ ਹੁਣ ਆਪਾਂ ਥੱਲਣਾ ਵਾ, ਦੇਖਦੇ ਹਾਂ ਕਰਕੇ ਕਿ ਥੋੜ੍ਹਾ ਜਿਹਾ ਕਲਰ ਬਦਲਿਆ। ਦੇਖੋ ਹੁਣ ਆਪਾਂ ਇਹਦੇ 'ਤੇ ਲਗਾ ਦਾਂਗੇ ਓਇਲ। ਅਤੇ ਗਾਇਜ਼ ਹੁਣ ਇੱਧਰ ਗਰਮੀ ਨਹੀਂ ਹੈਗੀ, ਮਤਲਬ ਠੀਕ ਆ, ਗਰਮੀ ਗੁਰਮੀ ਹੈ ਨਹੀਂ ਆ ਵੈਸੇ, ਅਤੇ ਕਿਉਂਕਿ ਦੇਖੋ ਬਾਹਰ ਦਾ ਵਿਊ ਤਾਂ ਤੁਸੀਂ ਦੇਖੋ ਕਿੱਡਾ ਸੋਹਣਾ ਹੋ ਵੀ ਗਿਆ ਮਤਲਬ। ਅਤੇ ਹੁਣ ਦੇਖੋ, ਅਤੇ ਹੁਣ ਮੈਂ ਚੱਲੀ ਪਾਣੀ ਪੀਣ, ਬਹੁਤ ਪਿਆਸ ਲੱਗ ਗਈ ਸੀ, ਨਾਲੇ ਮੰਮੀ ਨੂੰ ਬੁਲਾ ਕੇ ਲਿਆਉਂਦੇ ਹਾਂ ਕਿਉਂਕਿ ਹੁਣ ਆਪਾਂ ਬਣਾਉਣੇ ਮਟਰ, ਆਲੂ ਮਟਰ। ਅਤੇ ਹੁਣ ਗਾਇਜ਼ ਆਪਾਂ ਚੀਰ ਲਿਆ ਅਦਰਕ ਅਤੇ ਟਮਾਟਰ ਚੀਰ ਲਿਆ ਵਾ, ਕਟਿੰਗ ਕਰ ਲਈ ਇਹਦੀ। ਅਤੇ ਹੁਣ ਆਪਾਂ ਆਲੂ ਵੇਖਦੇ ਉਬਲ ਕੇ, ਹੁਣ ਬਾਟੀ ਵੀ ਚੈੱਕ ਕਰ ਲਈਏ, ਮਾਰਵਾੜੀ ਬਾਟੀ। ਓਕੇ ਇੰਨੇ ਕੁ ਬਣੇ ਆ, ਇਹਨੂੰ ਆਪਾਂ ਹੁਣ ਪਲਟਾ ਕੇ ਦੇਖਦੇ ਹਾਂ, ਇਹਨੂੰ ਚੰਗੀ ਤਰ੍ਹਾਂ ਮਤਲਬ ਰੈੱਡ ਕਰਨਾ ਆਪਾਂ ਸਾਰੇ ਨੂੰ। ਅਤੇ ਹੁਣ ਗਾਇਜ਼ ਮੰਮੀ ਆ ਗਏ ਆ ਸਾਨੀ ਮਾਰਵਾੜੀ। ਵਾਓ ਆਲੂ ਤਾਂ ਇੱਦਾਂ ਹੀ ਬੜੇ ਵਧੀਆ ਲੱਗਦੇ ਮੰਮੀ, ਆਹ ਚੱਕ ਕਿੱਡੇ ਵਧੀਆ ਲੱਗਦੇ। ਹੁਣ ਆਪਣੇ ਜਿਹੜੇ ਬਾਟੀ ਆ ਉਹ ਵਾਲੇ ਆਪਣੇ ਰੈਡੀ ਹੋ ਗਏ ਆ, ਅਤੇ ਖਾਂਦੇ ਦਾਲ ਨਾਲ ਆ, ਦਾਲ ਬਾਟੀ ਚੂਰਮਾ। ਅਤੇ ਬਾਕੀ ਮੈਂ ਕੱਲੀ ਇਹ ਬਾਟੀ ਬਣਾ ਕੇ ਦੇਖੀ ਆ, ਨਾਲ ਆਲੂ ਦੇ ਨਾਲ ਸਬਜ਼ੀ ਦੇ ਨਾਲ ਖਾਵਾਂਗੇ। ਹੁਣ ਆਪਣੀ ਜਿਹੜੀ ਥਾਲੀ ਆ ਉਹ ਤਿਆਰ ਹੋ ਗਈ ਆ, ਅਤੇ ਹੁਣ ਆਪਾਂ ਵਿੱਚ ਰੱਖਣ ਲੱਗੇ ਹਾਂ ਆਪਣੇ ਜੋ ਮੇਨ ਆਪਣੇ ਹੈਗੇ ਸੀ, ਇੱਕ ਦੋ ਤਿੰਨ ਚਾਰ ਅਤੇ ਪੰਜ, ਇਹ ਆਪਣੀ ਰਾਜਸਥਾਨੀ ਰੈਸਿਪੀ। ਅਤੇ ਹੁਣ ਆਪਾਂ ਇਹਦਾ ਟੇਸਟ ਵੇਖਣਾ ਕਿ ਕਿਵੇਂ ਦੀ ਬਣੀ ਆ, ਠੀਕ ਹੈ। ਆਪਣੀ ਜਿਹੜੀ ਥਾਲੀ ਉਹ ਪੂਰੀ ਤਿਆਰ ਹੋ ਗਈ ਸੀਗੀ ਰਾਜਸਥਾਨੀ ਸਟਾਈਲ, ਅਤੇ ਹੁਣ ਆਪਾਂ ਮੰਮੀ ਨੂੰ ਪੁੱਛਣ ਲੱਗੇ ਮੰਮੀ ਕਿਵੇਂ ਦਾ ਸਵਾਦ ਆ, ਚਲੋ ਮੰਮੀ ਖਾ ਕੇ ਦੱਸੋ ਮਾੜਾ ਜਿਹਾ। ਕਿਵੇਂ ਵਧੀਆ ਲੱਗਾ? ਬਹੁਤ ਸਵਾਦ। ਇਸ ਥਾਲੀ ਕੁਛ ਇੱਦਾਂ ਦੀ ਆ, ਅਤੇ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਇਹਦਾ ਸਵਾਦ। ਬਸ ਹੁਣ ਆਪਾਂ ਇਹਦਾ ਤੁਹਾਨੂੰ ਦੱਸਦੇ ਹਾਂ ਸਵਾਦ ਖਾ ਕੇ ਕਿ ਕਿਵੇਂ ਦਾ ਸਵਾਦ ਅਸਲ ਵਿੱਚ। ਮੰਮੀ ਨੂੰ ਬਹੁਤ ਵਧੀਆ ਲੱਗਾ, ਮੰਮੀ ਕਾਹਦਾ ਸਵਾਦ ਆਇਆ ਅਸਲ ਵਿੱਚ? ਮਤਲਬ ਉਹਨਾਂ ਨੇ ਦਿਖਾਇਆ ਕਿ ਆਹ ਦੇਸੀ ਘਿਓ ਆ, ਦੇਸੀ ਘਿਓ ਵਿੱਚ ਡਿਪ ਕਰਕੇ ਇਹਨੂੰ ਹੈ ਨਾ ਆਲੂ ਲਗਾ ਕੇ। ਸਵਾਦ ਆ, ਸਵਾਦ ਆ, ਮਤਲਬ ਵਿੱਚੋਂ ਕੱਚੇ ਆ, ਕੱਚੇ ਵੀ ਨਹੀਂ ਰਹੇ ਕਿਉਂਕਿ ਆਪਾਂ ਬਹੁਤ ਹੌਲੀ ਹੌਲੀ ਧੀਮੀ ਆਂਚ 'ਤੇ ਪਕਾਏ ਸੀ, ਇਸ ਲਈ ਇਹ ਥਾਲੀ ਸਕਸੈਸਫੁਲ ਹੋਈ ਆਪਣੀ, ਬਹੁਤ ਵਧੀਆ ਬਣੇ ਆ। ਤਾਂ ਹੀ ਮੈਂ ਦੂਸਰੀ ਬਾਈਟ ਲੈਣੀ ਪਈ, ਨਹੀਂ ਤਾਂ ਮੈਂ ਲੈਣੀ ਸੀ, ਇੱਦਾਂ ਕਰਕੇ ਮੈਂ ਖਾ ਲੈਣੀ। ਹਾਂਜੀ ਗਾਇਜ਼, ਜੋ ਰੈਸਪੀ ਬਣਾਈ ਸੀ ਬਹੁਤ ਵਧੀਆ ਬਣੀ। ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ, ਵੀਡੀਓ ਨੂੰ ਲਾਈਕ ਕਰਿਓ, ਚੈਨਲ ਅੱਜ ਜ਼ਰੂਰ ਜ਼ਿਆਦਾ ਲਾਈਕ ਕਰ ਦਿਓ ਕਿਉਂਕਿ ਅੱਜ ਮੈਂ ਬਹੁਤ ਮਿਹਨਤ ਕੀਤੀ, ਇਕੱਲੀ ਨੇ ਖੁਦ ਵੀਡੀਓ ਬਣਾਈ। ਅਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਵੀਡੀਓ ਨੂੰ ਲਾਈਕ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ, ਕਮੈਂਟ ਕਰਿਓ ਵਧੀਆ ਵਧੀਆ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਕਿਉਂਕਿ ਚੈਨਲ ਨੂੰ ਸਬਸਕ੍ਰਾਈਬ 100K ਹੁਣ 'ਚ ਮਤਲਬ ਬਹੁਤ ਟਾਈਮ ਲੱਗ ਗਿਆ, ਬਹੁਤ ਜ਼ਿਆਦਾ। ਤੁਹਾਨੂੰ ਆਪਾਂ ਕਹਿੰਦੇ ਹਾਂ ਬਾਏ, ਅਤੇ ਕੱਲ੍ਹ ਨੂੰ ਮਿਲਾਂਗੇ ਆਪਾਂ ਨਵੇਂ ਵਲੌਗ ਦੇ ਨਾਲ, ਅਤੇ ਕੱਲ੍ਹ ਨੂੰ ਨਹੀਂ ਤੁਹਾਨੂੰ ਪਰਸੋਂ ਲਾਪਰੀਤ ਹੋਣੀ ਵੀ ਮਿਲਣਗੇ ਕਿਉਂਕਿ ਉਹਨਾਂ ਨੇ ਪਰਸੋਂ ਆ ਜਾਣਾ ਵਾ, ਕੱਲ੍ਹ ਨੂੰ ਪੂਰਾ ਸਫ਼ਰ ਟ੍ਰੇਨ ਦਾ ਰਹੂਗਾ ਉਹਨਾਂ ਦਾ, ਅਤੇ ਪਰਸੋਂ ਸਵੇਰੇ ਸਵੇਰੇ ਘਰ ਆ ਜਾਣਗੇ ਅਤੇ ਪਰਸੋਂ ਤੁਹਾਨੂੰ ਮਿਲਣਗੇ, ਇਸ ਲਈ ਬਾਏ ਬਾਏ, ਕੱਲ੍ਹ ਨੂੰ ਮਿਲਾਂਗੇ।